ਹੱਥ ਤੇ ਦਾਤਰ ਮਾਰ ਮਹਿਲਾ ਤੋਂ ਖੋਹ ਲਈ ਸਾਰੀ ਨਕਦੀ। ਨਕਾਬਪੋਸ਼ ਲੁਟੇਰੇ ਦਿਨ ਦਿਹਾੜੇ ਲੁੱਟ ਗਏ ਮਨੀ ਐਕਸਚੇਂਜਰ ਦੀ ਦੁਕਾਨ। ਸੀਸੀਟੀਵੀ ਕੈਮਰੇ 'ਚ ਸਾਰੀ ਵਾਰਦਾਤ ਹੋਈ ਕੈਦ। ਤਾਂ ਦੱਸਦੇ ਕਿ ਦਿਨ ਦਿਹਾੜੇ 1:30 ਵਜੇ ਦੇ ਕਰੀਬ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਮੋਟਰਸਾਈਕਲ 'ਤੇ 2 ਲੁਟੇਰੇ ਆਉਂਦੇ ਨੇ, ਜਿਨ੍ਹਾਂ ਦੇ ਮੂੰਹ ਢੱਕੇ ਹੁੰਦੇ ਨੇ ਅਤੇ ਕਾਊਂਟਰ 'ਤੇ ਬੈਠੀ ਇੱਕ ਲੜਕੀ ਦੇ ਦਾਤਰ ਮਾਰਦੇ ਨੇ ਅਤੇ ਜਾਨਲੇਵਾ ਹਮਲਾ ਕਰਦੇ ਨੇ। ਤਾਂ ਗੱਲੇ ਦੇ ਵਿੱਚ ਇਹਨਾਂ ਦੇ ਵੱਲੋਂ 35,000 ਰੁਪਏ ਦੀ ਨਕਦੀ ਲੁੱਟ ਲਈ ਜਾਂਦੀ ਹੈ ਅਤੇ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਮੂੰਹ ਲੁਕੋ ਕੇ ਆਉਂਦੇ ਨੇ ਅਤੇ ਇਸ ਮਹਿਲਾ 'ਤੇ 2-3 ਵਾਰ ਇਸ ਦਾਤਰ ਦੇ ਨਾਲ ਵਾਰ ਕਰਦੇ ਨੇ। ਤਾਂ ਮਹਿਲਾ ਵੀ ਇਸ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ, ਜਿੱਥੇ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਦੁਕਾਨ 'ਤੇ ਬੈਠੀ ਸੀ ਤਾਂ ਅਚਾਨਕ ਦੁਕਾਨ ਦਾ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਦੋਨੋਂ ਲੁਟੇਰੇ ਅੰਦਰ ਵੜਦੇ ਨੇ ਅਤੇ ਇਹਨਾਂ ਦੇ ਮੂੰਹ ਢੱਕੇ ਹੁੰਦੇ ਨੇ। ਤਾਂ ਜ਼ਬਰਦਸਤੀ ਗੱਲੇ ਦੇ ਵਿੱਚ ਪਈ ਨਕਦੀ ਚੁੱਕਣ ਲੱਗੇ। ਤਾਂ ਜਦੋਂ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਦਾਤਰ ਮਾਰ ਕੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਤਾਂ ਲੁਟੇਰੇ ਗੱਲੇ 'ਚ ਪਈ ਸਾਰੀ ਨਕਦੀ ਲੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਡਰੀ ਸਹਿਮੀ ਹੋਈ ਲੜਕੀ ਨੇ ਫੁੱਟ ਫੁੱਟ ਕੇ ਰੋਂਦੇ ਦੱਸਿਆ ਕਿ ਉਸਨੇ ਜ਼ਖਮੀ ਹਾਲਤ ਦੇ ਵਿੱਚ ਤੁਰੰਤ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸ ਘਟਨਾ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ। ਤਾਂ ਇਹ ਵਾਰਦਾਤ ਵੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਦਾਤਰ ਮਾਰ ਕੇ ਮਹਿਲਾ ਤੋਂ ਨਕਦੀ ਲੁੱਟੀ ਗਈ ਹੈ। ਪੈਸੇ ਤਾਂ ਲੈ ਗਏ ਲੁੱਟ ਕੇ, ਕੋਈ 3 ਜਣੇ ਆਏ ਸੀਗੇ, ਉਹ ਦਾਤ ਮੂੰਹ ਬੰਨੇ ਸੀ ਉਹਨਾਂ ਦੇ, ਦਾਤ ਮਾਰਿਆ ਉਹਨਾਂ ਨੇ ਮੇਰੇ 2 ਵਾਰੀ, ਬਸ ਪਤਾ ਨੀ ਲੱਗਣ ਦਿੱਤਾ ਕਦੋਂ ਲੈ ਗਏ। ਕਿੰਨੇ ਪੈਸੇ ਸੀ? 34,000-35,000 ਸੀਗਾ ਕੁਛ। 34-35,000 ਕਾਹਦਾ ਕੰਮ ਕਰਦੇ ਹੋ? ਵੈਸਟਰਨ ਯੂਨੀਅਨ ਦੇ ਵਿੱਚ। ਭੱਜ ਗਏ? ਹਾਂਜੀ ਭੱਜ ਗਏ, ਉਦੋਂ ਉਦੋਂ ਹੀ ਉਹਨਾਂ ਨੇ ਫਟਾਫਟ ਤੋਂ ਕੈਸ਼ ਚੱਕਿਆ ਨਿਕਲ ਗਏ। ਸਾਡੀ ਦੁਕਾਨ ਹੈਗੀ ਹੈ ਜੀ ਆਪਣੇ ਲੱਕੜ ਮੰਡੀ ਫਲੋਰ, ਮੇਰਾ ਨਾਮ ਹੈਗਾ ਰਵੀ ਖੋਸਲਾ। ਕੀ ਦੁਕਾਨ ਦਾ? ਦੁਕਾਨ ਦਾ ਨਾਮ ਐਸ ਕੇ ਟ੍ਰੇਡਰਸ। ਓਕੇ। ਅੱਜ ਕੋਈ ਟਾਈਮ 2 ਵਜੇ ਦਾ ਸੀਗਾ ਅਤੇ ਸਾਡੀ ਕੰਮ ਕਰਨ ਵਾਲੀ ਲੜਕੀ ਸਾਨੂੰ 9 ਦਾ ਦੁਕਾਨ 'ਤੇ ਬੈਠੀ ਸੀਗੀ, ਗੱਲੇ 'ਚ ਪੈਸੇ ਵੀ ਸੀਗੇ, ਕੋਈ 3 ਬੰਦੇ ਆਏ, ਇੱਕ ਮੋਟਰਸਾਈਕਲ 'ਤੇ ਬਾਹਰ ਖੜ੍ਹਾ ਰਿਹਾ, 2 ਅੰਦਰ ਆ ਗਏ, ਉਹਨਾਂ ਨੇ ਆ ਕੇ ਦਾਤ ਕੱਢ ਲਿਆ। ਦਾਤ ਕੱਢ ਕੇ ਤਾਂ ਉਹ ਕੁੜੀ ਦੇ ਇੱਕ ਦੋ ਜਗ੍ਹਾ ਥੋੜ੍ਹਾ ਥੋੜ੍ਹਾ ਮਾਰਿਆ ਵੀ, ਸਾਰੇ ਪੈਸੇ ਗੱਲੇ ਤੋਂ ਕੱਢ ਕੇ ਤਾਂ ਭੱਜ ਗਏ। ਕਿੰਨੀ ਅਮਾਊਂਟ ਸੀ? ਅਮਾਊਂਟ ਕੋਈ ਨੀਅਰ ਅਬਾਊਟ 40,000, 35,000-40,000 ਦੇ ਸੀਗੀ। ਪ੍ਰਸ਼ਾਸਨ ਆ ਗਿਆ? ਹਾਂਜੀ ਪ੍ਰਸ਼ਾਸਨ ਵਾਲੇ ਆ ਗਏ ਆ, ਉਹ ਉਹਨਾਂ ਨੇ ਬਿਆਨ ਲੜਕੀ ਦੇ ਲੈ ਲਏ ਆ। ਲੜਕੀ ਨੇ ਦੱਸਿਆ ਜੀ 2 ਬੰਦੇ ਸੀਗੇ, ਇੱਕ ਦੇ ਕੋਲ ਦਾਤ ਸੀਗੀ, ਇੱਕ ਜਣੇ ਨੇ ਗੱਲੇ 'ਚੋਂ ਪੈਸੇ ਕੱਢ ਲਏ ਅਤੇ ਉਹ ਪੈਸੇ ਚੱਕੇ ਤਾਂ ਮਾੜਾ ਜਿਹਾ ਡਰਾਡ ਹੋ ਕੇ, ਬਾਅਦ 'ਚ ਵੀ ਜਾਂਦੇ ਜਾਂਦੇ ਮਾੜਾ ਜਿਹਾ ਦਾਤ ਮਾਰ ਕੇ ਨਾ ਚਲੇ ਗਏ। ਥਾਣਾ ਫਲੋਰ ਤਨਾਤ ਹਾਂ, ਅੱਜ ਇੱਕ ਕਾਲ ਆਈ ਸੀਗੀ ਵੀ ਐਸ ਕੇ ਮਨੀਚੀਜ ਦੁਕਾਨ 'ਤੇ ਉਹ ਲੜਕੀ ਤੋਂ ਪੈਸੇ ਖੋ ਕੇ ਲੈ ਕੇ ਗਏ ਆ, ਅਤੇ ਉੱਥੇ ਮੌਕੇ 'ਤੇ ਆਪਾਂ ਪਹੁੰਚ ਚੁੱਕੇ ਹਾਂ, ਜੋ ਵੀ ਲੜਕੀ ਬਿਆਨ ਲਿਖਾਉਂਗੀ ਬਣਦੀ ਕਾਰਵਾਈ। ਜੋ ਲੜਕੀ ਦੱਸ ਰਹੀ ਹੈ 35,000 ਦੇ ਕਰੀਬ, 2 ਕਹਿੰਦੀ ਅੰਦਰ ਆਇਆ ਅਤੇ ਇੱਕ ਬਾਹਰ ਸੀ ਮੋਟਰਸਾਈਕਲ ਖੜਾ। ਕਿੱਦਾਂ ਦੱਸਿਆ? ਮੂੰਹ ਮੱਧੇ ਵਿੱਚ ਕਹਿੰਦੀ ਕਾਰਵਾਈ, ਜੋ ਵੀ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ। ਹੁਣ ਚੈੱਕ ਕਰ ਰਹੇ ਜੀ, ਚੈੱਕ ਕਰਨ ਤੋਂ ਬਾਅਦ ਜਿੱਧਰ ਨੂੰ ਵੀ ਸੁਰਾਗ ਲੱਗੂਗਾ ਉੱਧਰ ਨੂੰ ਦੇਖਿਆ ਜਾਵੇਗਾ।